ਤੇਰਾ ਬਣੂ ਮੇਰਾ ਬਣੂ ਇਹਦਾ ਬਣੂ ਉਹਦਾ ਬਣੂ ਸਭ ਦਾ ਬਣੂਗਾ ਮਿਰਚੀ ਮੁਰਗਾ ਮਿਰਚੀ ਮੁਰਗਾ ਹੈਲੋ ਹੈਲੋ ਇਹ ਮਾਈਂਡ ਫ੍ਰੀਕ ਜੀ ਬੋਲ ਰਹੇ ਹੋ ਹਾਂਜੀ ਹਾਂਜੀ ਬੋਲ ਰਹੇ ਜੀ ਮਾਈਂਡ ਫ੍ਰੀਕ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬੜੀ ਮੁਸ਼ਕਿਲ ਨਾਲ ਤੁਹਾਡਾ ਨੰਬਰ ਮਿਲਿਆ ਜੀ ਮੈਨੂੰ ਬ੍ਰਦਰ ਮੈਂ ਤਾਂ ਫੇਸਬੁੱਕ ਤੇ ਆਪਣਾ ਨੰਬਰ ਪਾਇਆ ਗੱਲ ਕਰ ਸਕਦਾ ਜੀ ਇਸ ਸਮੇਂ ਤੁਹਾਡੇ ਨਾਲ ਹਾਂਜੀ ਦੱਸੋ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਆਪਣੇ ਬਾਰੇ ਦੱਸਣਾ ਚਾਹੁੰਦਾ ਵਾਂ ਜੀ ਹਾਂਜੀ ਹਾਂਜੀ ਰੱਬ ਦੀ ਮਿਹਰ ਹੈ ਰੱਬ ਨੇ ਬੜੀ ਪਿਆਰੀ ਆਵਾਜ਼ ਦਿੱਤੀ ਹੈ ਮੈਨੂੰ ਟੈਲੈਂਟ ਹੈ ਸੁਰਾਂ ਦਾ ਗਿਆਨ ਹੈ ਇੱਜ਼ਤ ਕਰਦਾ ਜੀ ਮੈਂ ਇਹਦੀ ਅੱਛਾ ਅੱਛਾ ਤੁਸੀਂ ਗਾਉਂਦੇ ਹੋ ਸਿੰਗਰ ਹੋ ਤੁਸੀਂ ਥੈਂਕ ਯੂ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਸਰ ਹਾਂਜੀ ਮੈਂ ਜਿਹੜਾ ਗਾਣਾ ਰਿਲੀਜ਼ ਕਰਾਉਣਾ ਚਾਹੁੰਦਾ ਵਾਂ ਬਣਾਉਣਾ ਚਾਹੁੰਦਾ ਵਾਂ ਤੁਸੀਂ ਹੈਰਾਨ ਹੋਵੋਗੇ ਉਹ ਗਾਣਾ ਵੀ ਮੈਂ ਹੀ ਲਿਖਿਆ ਹੈ ਭਾਜੀ ਤੁਸੀਂ ਨਾ ਸਟੂਡੀਓ ਆ ਜਾਓ ਕਿਸੇ ਦਿਨ ਆਪਾਂ ਬੈਠ ਕੇ ਗੱਲ ਕਰਾਂਗੇ ਨਹੀਂ ਬੈਠ ਕੇ ਤੇ ਗੱਲ ਕਰਾਂਗੇ ਦਰਅਸਲ ਲੋਕਡਾਊਨ ਹੈ ਕੰਮ ਤੇ ਕਿਸੇ ਕੋਲ ਹੈ ਨਹੀਂ 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 ਭਾਜੀ ਫਰੀ ਤਾਂ ਨਹੀਂ ਗਿਆ ਮੈਂ ਕੰਮ ਤਾਂ ਆਪਣੇ ਕੋਲ ਬਹੁਤ ਹੈ ਬਾਬੇ ਨਾਨਕ ਦੀ ਕਿਰਪਾ ਨਾਲ ਓਕੇ ਫਰੀਕ ਜੀ ਮੈਂ ਤੁਹਾਨੂੰ ਹੁਣ ਦੱਸਣਾ ਚਾਹੁੰਦਾ ਕਿ ਮੈਂ ਜਿਹੜਾ ਗਾਣਾ ਲਿਖਿਆ ਹੈ ਹਾਂਜੀ ਹਾਂਜੀ ਉਹ ਗਾਣੇ ਨੂੰ ਰਿਲੀਜ਼ ਕਰਨਾ ਚਾਹੁੰਦਾ ਮੈਂ ਹਾਲਾਂਕਿ ਮੈਂ ਵੀਡੀਓ ਡਾਇਰੈਕਟਰ ਵੀ ਆਪ ਗਾਣੇ ਨੂੰ ਸ਼ੂਟ ਵੀ ਮੈਂ ਹੀ ਕਰਨਾ ਹੈ ਨਹੀਂ ਨਹੀਂ ਇਹ ਨਹੀਂ ਹੋਏਗਾ ਜੀ ਦੇਖੋ ਇਹ ਗਾਊਂਗਾ ਮੈਂ ਲਿਖਿਆ ਮੈਂ ਸ਼ੂਟ ਮੈਂ ਕਰੂੰਗਾ ਮਿਊਜ਼ਿਕ ਤੁਸੀਂ ਕਰੋਗੇ ਸੁਨੇਗਾ ਸਾਰਾ ਵਰਲਡ ਇੱਕ ਵਾਰੀ ਮੈਂ ਦੱਸਣਾ ਚਾਹੁੰਦਾ ਕਿ ਮੈਂ ਸ਼ੋਅ ਕੀਤਾ ਸੀਗਾ ਪੰਜਾਬੀ ਗਾਣਾ ਗਾਇਆ ਸੀ ਕੀਨੀਆ ਤੋਂ ਵੀ ਮੈਨੂੰ ਫੋਨ ਆਏ ਉਹਨਾਂ ਨੂੰ ਵੀ ਬੜਾ ਪਸੰਦ ਲੱਗਾ ਗਾਣਾ ਭਰਾਵਾ ਬਾਕੀ ਗੱਲਾਂ ਠੀਕ ਹੈ ਪਰ ਕੀਨੀਆ ਵਾਲੇ ਪੰਜਾਬੀ ਸਮਝ ਗਏ ਸਰ ਜਿਹੜਾ ਮਿਊਜ਼ਿਕ ਹੈ ਨਾ ਉਹਦੀ ਕੋਈ ਲੈਂਗੁਏਜ ਨਹੀਂ ਹੈ ਉਹ ਫੀਲ ਹੈ ਉਹਨਾਂ ਨੇ ਫੀਲ ਕੀਤਾ ਜੀ ਸੋ ਜੇ ਤੁਹਾਡੇ ਕੋਲ ਟਾਈਮ ਹੈ ਤੇ ਮੈਂ ਜੋ ਗਾਣਾ ਲਿਖਿਆ ਹੈ ਜੋ ਮੈਂ ਨਹੀਂ ਲਿਖਿਆ ਲਿਖਵਾਇਆ ਰੱਬ ਨੇ ਹੈ ਪਰ ਮੇਰੇ ਕੋਲ ਲਿਖ ਹੋ ਗਿਆ ਬਹੁਤ ਵਧੀਆ ਗਾਣਾ ਉਹਦੀਆਂ ਦੋ ਲਾਈਨਾਂ ਸੁਣਾ ਸਕਦਾ ਭਾਜੀ ਤੁਸੀਂ ਸਟੂਡੀਓ ਆ ਜਾਓ ਆਪਾਂ ਬੈਠ ਕੇ ਗੱਲ ਕਰਾਂਗੇ ਚਲੋ ਠੀਕ ਹੈ ਨਹੀਂ ਮੈਂ ਆਫਿਸ ਤੇ ਆਉਂਗਾ ਮੈਨੂੰ ਸੀਗਾ ਕਿ ਇੱਕ ਵਾਰੀ ਤੁਸੀਂ ਮੇਰਾ ਜ਼ੋਨ ਸਮਝੋ ਨਾ ਕਿਉਂਕਿ ਹਾਈ ਲੈਵਲ ਦਾ ਹੈ ਕਿ ਤੁਸੀਂ ਉੱਥੇ ਤੱਕ ਪਹੁੰਚ ਸਕਦੇ ਹੋ ਇਸ ਲਈ ਮੈਂ ਦੱਸਣਾ ਚਾਹੁੰਦਾ ਸਟੂਡੀਓ ਆ ਜੀ ਇੱਥੇ ਬੈਠ ਕੇ ਜਿੰਨਾ ਮਰਜ਼ੀ ਸੁਣਾ ਸੋ ਤੁਸੀਂ ਥੋੜਾ ਸੁਣੋ ਸਟਾਰਟ ਕਰਾਂ ਜੀ ਰਿਕੁਐਸਟ ਕਰਦਾ ਵਿੱਚ ਨਾ ਕੱਟ ਨਾ ਕਰੋ ਮੇਰਾ ਫਲੋ ਬੰਦ ਹੈ ਨਾ ਕਿਉਂਕਿ ਆਈ ਐਮ ਏ ਨੈਚੁਰਲ ਐਕਟਰ ਮੈਂ ਜਦੋਂ ਖੋ ਜਾਂਦਾ ਦੇਖੋ ਇਹਦੇ ਵਿੱਚ ਮੈਂ ਮੈਸੇਜ ਦੇਣਾ ਚਾਹੁੰਦਾ ਮੁੰਡੇ ਜਵਾਨ ਯਾਨੀ ਕਿ ਨਸ਼ੇ ਨਹੀਂ ਕਰਦੇ ਸੋ ਨਸ਼ਿਆਂ ਨੂੰ ਵੀ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਆਗੇ ਮੁੰਡੇ ਨੇ ਜਵਾਨ ਆਗੇ ਮੁੰਡੇ ਨੇ ਜਵਾਨ ਇੱਥੇ ਹੈਗੀ ਪੱਲਵਾਨ ਇੱਥੇ ਹੈਗੀ ਪੱਲਵਾਨ ਵਾਹ 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 ਅੱਗੇ ਗੌਰ ਕਰਿਓ ਇਹ ਮੈਂ ਨਹੀਂ ਲਿਖਿਆ ਲਿਖਵਾਇਆ ਗਿਆ ਹੈ ਰੱਬ ਵੱਲੋਂ ਇੱਕ ਇੱਕ ਲਾਈਨ 'ਚ ਦੇਖੋ ਕਿੰਨਾ ਮਜ਼ਾ ਹੈ ਔਰ ਕਿੰਨੇ ਮੈਸੇਜ ਜਦੋਂ ਪੈ ਜਾਂਦਾ ਪੰਗਾ ਜਦੋਂ ਪੈ ਜਾਂਦਾ ਪੇਚਾ ਜਦੋਂ ਪੈ ਜਾਂਦਾ ਪੰਗਾ ਜਦੋਂ ਪੈ ਜਾਂਦਾ ਪੇਚਾ ਇਹ ਆ ਜਾਂਦੇ ਮੈਦਾਨ ਹੱਥਾਂ ਵਿੱਚ ਤਲਵਾਰ ਇਹ ਕਰ ਜਾਂਦੇ ਨਿਕਾਰਾ ਇਹ ਕਰ ਜਾਂਦੇ ਨਿਕਾਰਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਛੇ ਨਹੀਂ ਸੱਤ ਨਹੀਂ ਅੱਠ ਨਹੀਂ ਨੌ ਨਹੀਂ ਦਸ ਨਹੀਂ ਗਿਆਰਾਂ ਨਹੀਂ ਇਹ ਤੇ ਪੂਰੇ ਨੇ ਬਾਰਾਂ ਇਹ ਤੇ ਪੂਰੇ ਨੇ ਬਾਰਾਂ ਮੇਰੇ ਦੋਸਤ ਨੇ ਭਰਾਵਾਂ ਸਮਾਨ ਮੇਰੇ ਦੋਸਤ ਨੇ ਭਾਜੀ ਭਾਜੀ ਤੁਸੀਂ ਹੱਸੇ ਮੇਰੇ ਖਿਆਲ ਨਹੀਂ ਇਹ ਹੱਸਣ ਵਾਲੀ ਗੱਲ ਨਹੀਂ ਹੈਗੀ ਨਾ ਦੋਸਤੀ ਦੀ ਗੱਲ ਹੈ ਹਥਿਆਰਾਂ ਦੀ ਗੱਲ ਆ ਰਹੀ ਤੁਸੀਂ ਹੱਸ ਰਹੇ ਹੋ ਕੋਈ ਫਨੀ ਸੌਂਗ ਤਾਂ ਨਹੀਂ ਮੈਂ ਜਦੋਂ ਮਰਜ਼ੀ ਬੋਲਾਂ ਤੁਸੀਂ ਹੱਸੇ ਕਿਉਂ ਦੇਖੋ ਹਥਿਆਰਾਂ ਦੀ ਗੱਲ ਆ ਰਹੀ ਯਾਰੀ ਦੀ ਗੱਲ ਆ ਰਹੀ ਤੁਸੀਂ ਹੱਸ ਮਾਈਂਡ ਫ੍ਰੀਕ ਜੀ ਸੋਰੀ ਦੀਪਕ ਬੋਲ ਰਿਹਾ ਸੀ ਸਰ 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 ਇੰਟਰਟੇਨਮੈਂਟ ਹੋਇਆ ਨਾ ਔਰ ਕਮਾਲ ਦੀ ਗੱਲ ਇਹ ਹੈ ਕਿ ਜਿੱਥੇ ਇੰਟਰਟੇਨਮੈਂਟ ਹੈ ਉੱਥੇ ਮਿਰਚੀ ਹੈ ਕਿਉਂਕਿ ਹਰ ਇੰਟਰਟੇਨਮੈਂਟ ਮੇਂ ਮਿਰਚੀ ਹੈ ਹੁਣ ਬੋਲੋ ਕੁਕੜੋ ਕੁੜੋ ਆਗੇ ਮੁੰਡੇ ਨੇ ਜਵਾਨ ਆਗੇ ਮੁੰਡੇ ਨੇ ਮਿਰਚੀ ਮੁਰਗਾ ਮਿਰਚੀ ਮੁਰਗਾ ਮਿਰਚੀ